केपीडी न्यूज़, हक सच और इंसाफ की आवाज। केपीडी न्यूज़, हक सच और इंसाफ की आवाज। ਅਸੀਂ ਇਸ ਆਪਰੇਸ਼ਨ ਨੂੰ ਕਰਦੇ ਕਰਦੇ ਪਬਲਿਕ ਦੇ ਜਿਹੜੇ ਫੈਮਲੀਆਂ ਜਾਂ ਜਿੱਥੇ ਚਾਰ ਸੱਜਣ ਹੈਗੇ ਆ ਉਹਨਾਂ ਨੂੰ ਅਸੀਂ ਮੋਟੀਵੇਟ ਵੀ ਕਰ ਰਹੇ ਹਾਂ ਕਿ ਜਿਹੜੇ ਬੰਦੇ ਇਸ ਲਾਈਨ 'ਚ ਪੈ ਚੁੱਕੇ ਆ ਉਹਨਾਂ ਨੂੰ ਗਵਰਨਮੈਂਟ ਵੱਲੋਂ ਫੈਸਿਲਿਟੀ ਦਿੱਤੀ ਗਈ ਆ ਵੀ ਉਹ ਡਰੱਗ ਵਿਸ਼ੇਸ਼ ਸੈਂਟਰ 'ਚ ਐਡਮਿਟ ਹੋਣ। ਵੱਖ ਵੱਖ ਮਹੱਲਿਆਂ 'ਚ ਮੀਟਿੰਗਾਂ ਵੀ ਕੀਤੀਆਂ, ਉਹਨਾਂ ਦੇ ਘਰਾਂ 'ਚ ਵੀ ਜਾ ਕੇ ਰਿਕੁਐਸਟ ਕੀਤੀ ਹੈ, ਅਸੀਂ ਵੀ ਕੀਤੀ ਅਤੇ ਨਾਲ ਜਿਹੜੇ ਐਮ ਸੀ ਸਵਾਨ ਆ ਉਹਨੂੰ ਨਾਲ ਲੈ ਕੇ ਕੀਤੀ ਹੈ। ਜਿੱਥੇ ਕੋਈ ਲੇਡੀ ਮੈਂਬਰ ਹੈਗੇ ਉਹਨੂੰ ਲੇਡੀ ਫੋਰਸ ਰਾਹੀਂ ਜਿਹੜੀ ਅਸੀਂ ਮੋਟੀਵੇਟ ਕਰ ਰਹੇ ਹਾਂ। ਰੋਜ਼ ਦੀਆਂ ਜਿਹੜਾ ਆਵਾਜ਼ਪੁਰਾ ਬੂਟਾ ਪਿੰਡ ਜਾਂ ਫਰੀਦਪੁਰਾ ਮੁਹੱਲਾ ਜਿੱਥੇ ਥੋੜ੍ਹਾ ਜਿਹਾ ਮਿਡਲ ਫੈਮਲੀਆਂ ਜਾਂ ਲੇਬਰ ਕਲਾਸ ਆ ਜਿਹੜੇ ਸ਼ਰਮਿਕਾ ਹੈਗੇ ਆ ਅਤੇ ਉੱਥੇ ਕੰਮ ਹੈਗਾ, ਉੱਥੇ ਅਸੀਂ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਪਬਲਿਕ ਮੀਟਿੰਗ ਕਰਕੇ ਲੋਕਾਂ ਨੂੰ ਅਸੀਂ ਜਾਗਰਿਤ ਕਰ ਰਹੇ ਹਾਂ ਅਤੇ ਸਾਨੂੰ ਲੋਕ ਸਪੋਰਟ ਵੀ ਕਾਫੀ ਅੱਛੇ ਕਰ ਰਹੇ ਆ ਕਿ ਅਸੀਂ ਉਹਨਾਂ 'ਚ ਮੈਂਬਰ ਜਿਹੜੇ ਇਹਦੇ ਪ੍ਰਭਾਵਿਤ ਹੈਗੇ ਉਹਨਾਂ ਨੂੰ ਸਿਵਲ ਹੋਸਪਿਟਲ ਜਾਂ ਪਿੰਡ ਹੋਸਪਿਟਲ ਜਾਂ ਹੋਰ ਜਿੱਥੇ ਵੀ ਸਾਨੂੰ ਥੋੜ੍ਹੀ ਸਪੋਰਟ ਮਿਲ ਰਹੀ ਆ ਉੱਥੋਂ ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਵਾਸਤੇ ਕਰ ਦਿੱਤਾ। ਜਿੱਦਾਂ ਤੁਸੀਂ ਗੱਲ ਕੀਤੀ ਲੋਕਾਂ ਦਾ ਸਹਿਯੋਗ ਮਿਲ ਰਿਹਾ, ਕੁਝ ਦਿਨ ਪਹਿਲਾਂ ਤੁਸੀਂ ਇੱਥੇ ਮੀਟਿੰਗ ਕਰਕੇ ਗਏ ਸੀ, ਦੂਜਿਆਂ ਨੇ ਦੱਸਿਆ ਸੀ ਇੱਥੇ ਨਸ਼ਾ ਨਹੀਂ ਹੋਣਾ ਚਾਹੀਦਾ, ਅੱਜ ਵੀ ਤੁਸੀਂ ਰੇਟ ਦੇ ਦੌਰਾਨ ਟੀਕੇ ਵਗੈਰਾ ਫੜੇ ਆ? ਅਸੀਂ ਮੈਂ ਇੱਥੇ ਅਨਾਊਂਸਮੈਂਟ ਕਰਕੇ ਗਿਆ, ਇੱਥੇ ਦੋ ਤਿੰਨ ਵਜੇ ਮੀਟਿੰਗਾਂ ਕਰ ਸਕਿਆ, ਰੋਜ਼ ਦੀਆਂ ਦੋ ਤਿੰਨ ਕਰੇ ਗਈਆਂ। ਅੱਛਾ, ਉਸ ਘਰ 'ਚੋਂ ਇਹਨਾਂ ਦਾ ਬੰਦਾ ਉਹ ਘਰ ਨਹੀਂ ਮਿਲਿਆ, ਉਹਦੇ ਘਰ 'ਚੋਂ ਖਾਲੀ ਸਰਿੰਜਾਂ ਖਾਲੀ ਲਿਫਾਫੇ ਸਰਿੰਜਾਂ ਨੇ ਜਾਂ ਉਹਨਾਂ ਦੀਆਂ ਪੰਨੀਆਂ ਵਗੈਰਾ ਮਿਲ ਗਈਆਂ, ਪਰੰਤੂ ਡਰੱਗ ਰਿਕਵਰ ਨਹੀਂ ਹੋਈ, ਉਹਦੇ ਨਾਲ ਰਿਲੇਟਡ ਮਟੀਰੀਅਲ ਜਿਹੜਾ ਡਿਸਟਰੋਏ ਹੋਇਆ ਹੋਇਆ ਉਹ ਸਾਨੂੰ ਜ਼ਰੂਰ। ਮੁੰਡਾ ਹੀ ਫੜਿਆ ਗਿਆ ਜਾਂ ਨਸ਼ਾ ਕਰਤਾ? ਨਹੀਂ, ਅੱਜ ਕੋਈ ਨਹੀਂ ਫੜਿਆ।
देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।